ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਵਰਿੰਦਰ ਕਿਹੜੀ ਕੰਟਰੀ ਦਾ ਤੁਹਾਡਾ ਵੀਜ਼ਾ ਆਇਆ ਮੇਰਾ ਕੈਨੇਡਾ ਦਾ ਲੱਗਿਆ ਜੀ ਕੈਨੇਡਾ ਦਾ ਵੀਜ਼ਾ ਆਇਆ ਹੈਗਾ ਖੁਸ਼ੀ ਹੈਗੀ ਹੈ ਬਹੁਤ ਖੁਸ਼ੀ ਹੈ ਲੱਗ ਨਹੀਂ ਰਿਹਾ ਮੈਨੂੰ ਨਹੀਂ ਨਹੀਂ ਜੀ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਸੋ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਜਦੋਂ ਤੁਸੀਂ ਸੋਚਿਆ ਕਿ ਯੂਨੋ ਮੈਂ ਬਾਹਰ ਜਾਣਾ ਹੈਗਾ ਅਤੇ ਪਹਿਲੀ ਮਾਇੰਡ ਦੇ ਵਿੱਚ ਕੀ ਗੱਲ ਆਈ ਕਿ ਮੈਂ ਕਿਹਨਾਂ ਦੇ ਕੋਲੋਂ ਆਪਣੀ ਫਾਈਲ ਲਗਵਾ ਸਕਦਾ ਪਹਿਲਾਂ ਤਾਂ ਅਸੀਂ ਬਹੁਤ ਘੁੰਮੇ ਕਿਸੇ ਨੇ ਕੋਈ ਸੁਜੈਸਟ ਕਰਿਆ ਕਿਸੇ ਨੇ ਕੋਈ ਸੁਜੈਸਟ ਕਰਿਆ ਜੀ ਬਟ ਫਿਰ ਕਿਸੇ ਫਰੈਂਡ ਨੇ ਮੈਨੂੰ ਸੁਜੈਸਟ ਕਰਿਆ ਵੀ ਲੈਂਡਮਾਰਕ ਜਾਓ ਓਕੇ ਤੇ ਮੈਨੂੰ ਫਸਟ ਡੇ ਹੀ ਬਹੁਤ ਵਧੀਆ ਲੱਗਿਆ ਤਾਂ ਮੈਂ ਫਸਟ ਡੇ ਹੀ ਅਪਲਾਈ ਕਰਤਾ ਇੱਥੇ ਆ ਕੇ ਓਕੇ ਤੇ ਉਹਤੇ ਬਾਅਦ ਮੈਨੂੰ ਬਹੁਤ ਵਧੀਆ ਇਹਨਾਂ ਨੇ ਫਾਈਲਿੰਗ ਜੋ ਵੀ ਹੈ ਸਭ ਕੁਝ ਸਮਝਾਇਆ ਮੈਨੂੰ ਓਕੇ ਤੇ ਮੈਂ ਬਹੁਤ ਵਧੀਆ ਕਿੰਨੇ ਬੈਂਡ ਸਿਕਿਉਰ ਕੀਤੇ ਤੁਸੀਂ ਮੇਰੇ 6 ਬੈਂਡ ਸੀ ਓਵਰਆਲ 6 ਬੈਂਡ ਸੀ ਕੋਈ ਕੰਪਲਿਕੇਸ਼ਨ ਸੀ ਫਾਈਲ ਦੇ ਵਿੱਚ ਜਾਂ ਈਜ਼ੀਲੀ ਸੀ ਸਭ ਕੁਝ ਬਹੁਤ ਸਮੂਥ ਸੀ ਈਜ਼ੀਲੀ ਸੀ ਈਜ਼ੀਲੀ ਸੀ ਓਕੇ ਸੋ ਜਿਹੜੇ ਦਰਸ਼ਕ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਨੇ ਆ ਜਿਹੜੇ ਜਿੱਦਾਂ ਦੇ ਸਟੂਡੈਂਟਸ ਹੋਰ ਵੀ ਬਾਹਰ ਜਾਣਾ ਚਾਹੁੰਦੇ ਨੇ ਤੁਹਾਡੇ ਤਰ੍ਹਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਸਭ ਨੂੰ ਇਹੀ ਐਡਵਾਈਸ ਰਹੂੰਗੀ ਵੀ ਕਿ ਇੱਕ ਵਾਰ ਲੈਂਡਮਾਰਕ ਜ਼ਰੂਰ ਵਿਜ਼ਿਟ ਕਰੋ ਜੀ ਇਹਨਾਂ ਦਾ ਬਹੁਤ ਵਧੀਆ ਰਿਸਪੌਂਸ ਹੈ ਜੀ ਸਰ ਮੈਮ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਕੰਗ੍ਰੈਚੁਲੇਸ਼ਨ ਤੁਹਾਡਾ ਬੇਟਾ ਬਾਹਰ ਜਾ ਰਿਹਾ ਹੈਗਾ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਤੁਸੀਂ ਖੁਦ ਆਪ ਇੱਥੇ ਆ ਕੇ ਵਿਜ਼ਿਟ ਕਰਦੇ ਸੀ ਮੈਂ ਥੈਂਕਸ ਕਰਦਾ ਜੀ ਲੈਂਡਮਾਰਕ ਇਮੀਗ੍ਰੇਸ਼ਨ ਦਾ ਜੀ ਜੀ ਥੈਂਕ ਯੂ ਸੋ ਮਚ ਮੇਰੇ ਬੇਟੇ ਦਾ ਜੀ ਜੀ ਵਧੀਆ ਪ੍ਰੋਪਰ ਚੈਨਲ ਨਾਲ ਜੀ ਵੀਜ਼ਾ ਲਵਾਇਆ ਜੀ 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 ਬੜੀ ਖੁਸ਼ੀ ਦੀ ਗੱਲ ਹੈ ਹਾਂ ਬਿਲਕੁਲ ਬਿਲਕੁਲ ਥੈਂਕ ਯੂ ਸੋ ਮਚ ਤੁਸੀਂ ਆਪ ਆਉਂਦੇ ਸੀ ਨਹੀਂ ਮੈਂ ਪਹਿਲੇ ਮੈਂ ਤਾਂ ਪਹਿਲੇ ਦਿਨ ਆਇਆ ਇਹਦਾ ਨਾਮ ਅੱਛਾ ਪਹਿਲੇ ਦਿਨ ਹੀ ਆਏ ਸੀ ਮੈਂ ਨਹੀਂ ਉਸ ਤੋਂ ਬਾਅਦ ਤੁਸੀਂ ਨਹੀਂ ਆਏ ਅੱਜ ਵੀਜ਼ਾ ਲੈਣ ਆਏ ਅੱਜ ਵੀਜ਼ਾ ਓਕੇ ਜੀ ਓਕੇ ਸੋ ਕੰਗ੍ਰੈਚੁਲੇਸ਼ਨ ਵਾਂਸ ਅਗੇਨ ਫਲਾਈ ਕਦੋਂ ਕਰ ਰਹੇ ਹੋ ਤੁਸੀਂ ਮੇਰੀ 26 ਅਪ੍ਰੈਲ ਦੀ ਟਿਕਟ ਹੈ 26 ਅਪ੍ਰੈਲ ਦੀ ਟਿਕਟ ਹੈ ਓਕੇ ਫਾਈਨਲੀ ਕੈਨੇਡਾ ਜਾ ਰਹੇ ਹਾਂ ਡ੍ਰੀਮ ਪੂਰਾ ਹੋ ਰਿਹਾ ਹੈਗਾ ਹਾਂਜੀ ਹਾਂਜੀ ਬਿਲਕੁਲ ਹੋ ਗਿਆ ਓਕੇ ਸੋ ਥੈਂਕ ਯੂ ਸੋ ਮਚ ਜੀ ਕੰਗ੍ਰੈਚੁਲੇਸ਼ਨਸ ਵਾਂਸ ਅਗੇਨ ਫॉर योर ब्राइट ਫਿਊਚਰ ਥੈਂਕ ਯੂ ਸੋ ਮਚ